ਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਆਪਾਂ ਚੱਲੇ ਹਾਂ ਚਹਿਲ, ਜੋ ਕਿ ਹੈਗਾ ਆ ਮੋਹਾਲੀ ਤੋਂ 114 ਕਿਲੋਮੀਟਰ ਦੂਰ। ਸੋ ਆ ਜਾਓ, ਬਣੇ ਰਹੋ, ਦੇਖੋ ਕੀ ਹੁੰਦਾ। ਹੈਲੋ, ਗੁੱਡ ਮਾਰਨਿੰਗ। ਸਵੇਰ ਦੇ ਵੱਜ ਚੁੱਕੇ ਆ 5:25 ਤੇ ਆਹਾ ਮੇਰੇ ਨਾਲ ਜਾ ਰਿਹਾ। ਹਾਂ, ਉਹ ਦੇਖਿਆ ਕਿ ਐਕਟਿਵਾ ਗਿਰ ਗਿਆ। ਹਾਂ, ਮਾਂ ਤੇ ਚੱਕੀ ਵੀ ਨਹੀਂ, ਮੈਂ ਗਾਲਾਂ ਕੱਢੀਆਂ। ਮੈਂ ਕਿਹਾ ਕਿੱਧਰ ਜਾ? ਅੱਛਾ, ਦੇਖੋ ਹੁਣ ਅੱਗੇ ਜਾ ਕੇ ਕੀ ਹੁੰਦਾ, ਕਿਉਂਕਿ ਜੋ ਮੇਰੇ ਨਾਲ ਆਏਗਾ ਉਹ ਬਹੁਤ ਹੀ ਜ਼ਿਆਦਾ ਗਾਲਾਂ ਕੱਢਦਾ। ਸੋ ਮੈਂ ਪਿਛਲੀ ਗਾਲਾਂ ਵੀ ਮੈਂ ਬੀਪ ਕੀਤੀਆਂ, ਇਸ ਕਰਕੇ ਇਹਦੇ ਕਿਉਂਕਿ ਇਹ ਸੁਣਨ ਯੋਗੀ ਨਹੀਂ ਹੈਗੀ। ਸੋ ਸਾਡਾ ਪਹਿਲਾ ਪਲਾਨ ਸੀਗਾ ਜਾਣ ਦਾ ਟੋਏ ਟ੍ਰੇਨ। ਸੋ ਹੁਣ ਆਪਣਾ ਪਲਾਨ ਹੋ ਗਿਆ ਚੇਂਜ, ਕਿਉਂਕਿ ਟ੍ਰੋਏ ਟ੍ਰੇਨ ਦਾ ਟਾਈਮ ਸੀਗਾ ਉਹ ਸੀਗਾ 5:10 ਸਵੇਰ ਦੇ। ਸੋ ਅਸੀਂ ਨਿਕਲੇ, ਉੱਠੇ ਹੀ 4 ਵਜੇ ਹਾਂ। ਸੋ ਕਾਲਕਾ ਪਹੁੰਚਣਾ ਬਹੁਤ ਔਖਾ ਸੀਗਾ 5:10 ਤੱਕ। ਫਿਰ ਅਸੀਂ ਸੋਚਿਆ ਕਿ ਅਸੀਂ ਕਿਤੇ ਹੋਰ ਚੱਲਦੇ, ਹੁਣ ਉੱਠ ਤਾਂ ਗਏ ਹੀ ਆਪਾਂ। ਸੋ ਅਸੀਂ ਹੁਣ ਚੱਲੇ ਹਾਂ ਚਹਿਲ। ਇਹ ਲੌਂਡੀ ਆਪਣ ਕੇ ਸਾਥ ਜਾ ਰਹੀ ਹੈ। ਮੈਂ ਵਾਈਜ਼ਰ ਕਰ ਲਿਆ ਬੰਦ। ਅਭੀ ਤੋ ਪਿਕਚਰ ਬਾਕੀ ਹੈ ਮੇਰੀ ਜਾਨ। ਆਪਣਾ ਡੈਸਟੀਨੇਸ਼ਨ ਹੈ 121 ਕਿਲੋਮੀਟਰ ਅਕੋਰਡਿੰਗ ਟੂ ਗੂਗਲ ਮੈਪ, ਬਾਕੀ ਬਾਅਦ ਚ ਪਤਾ ਲੱਗੂਗਾ। ਜੈਸੇ ਹੀ ਆਈ ਸਰਦੀਆਂ, ਬੈਗ ਮੈਨੇ ਭਰ ਲਿਆ। ਜੈਸੇ ਹੀ ਆਈ ਸਰਦੀਆਂ, ਬੈਗ ਮੈਨੇ ਭਰ ਲਿਆ। ਜੇਬ ਮੇ ਥੋੜੀ ਅਸ਼ਰਦੀਆਂ, ਪਹਾੜੋਂ ਮੇ ਬੈਠ ਕੇ ਫਿਰ ਖਾਤਾ ਮੈਂ ਭਰ ਲਿਆ। ਅਪਨ ਕਾ ਵੀ ਹਾਰਡ ਵਰਕ ਹੈ ਭਾਈ, ਅਪਨ ਵੀ ਜਾ ਰਹਾ ਹੈ। ਆਪਣੇ ਸਾਥ ਇੱਕ ਚਿਲਗੋਜ਼ਾ ਹੈ ਜੋ ਸਾਥ ਮੇ ਆ ਰਹਾ ਹੈ। ਵਾਹ, ਕਿਆ ਰਾਈਮ ਬਣੀ ਭਾਈ। ਇਧਰ ਬਾਈਕਰ ਬੋਇਜ਼, ਚਾਹ ਪੀਣ ਤੋਂ ਬਾਅਦ ਐਵੇਂ ਕੁਛ ਹੋਇਆ ਕਿ ਐਨਰਜੀ ਆ ਗਈ ਸਰੀਰ ਦੇ ਅੰਦਰ। ਅਬੂ ਜਾ ਸਮਿਟ ਯੇ ਚਾਨੀ ਮੇਰੀ ਜਾਣੇ ਮਨ ਬਚਪਨ ਕਾ ਪਾਰ, ਤੇਰੇ ਕੋ ਬੂਕਲ ਨਹੀਂ ਜਾਣਾ ਰੇ। ਅਰੇ ਚਿਰਕੁਟ ਚਿਰਕੁਟ ਸਕੂਟੀਆਂ, ਥੋੜਾ ਸਾ ਐਕਸੀਲੇਟਰ ਦੇਗਾ ਮਿਸ ਕੇ ਪਾਰ ਜਾਏਗਾ। ਯੇ ਦੇਖੋ ਸਾਹਮਣੇ, ਦੇਖੋ ਯਾਰ, ਸਵੇਰੇ ਸਵੇਰੇ ਨਿਰਣੇ ਕਾਲਜੇ ਇਹੋ ਕੁਛ ਦੇਖਣ ਨੂੰ ਮਿਲਦਾ ਤੇ ਯਾਰ ਮਤਲਬ ਮਜ਼ੇ ਮਜ਼ੇ ਇਸਕੀ ਮਹਿਣ ਗੀ ਮਜ਼ੇ ਹੀ ਮਜ਼ੇ। ਕੀ ਹੋਇਆ, ਰੋਣ ਗੱਲ ਆ ਗਿਆ ਬਈ? ਰੋ ਰਹੇ ਹੈ, ਉਹ ਰੋਣਾ ਨਹੀਂ ਫੇਰ ਕੀ ਹੋ ਗਿਆ?
ਮੇਰੀ ਬੁਗੜੀ ਆਈ। ਚੱਲ ਠੀਕ ਹੈ, ਬਾਏ 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 ਬਾਏ। ਚਹਿਲ ਗੁਰਦੁਆਰਾ ਸਾਹਿਬ ਹੈ, ਇਹ ਚਹਿਲ ਦੀ ਪਹਿਲੀ ਬਿਲਡਿੰਗ ਹੈ, ਇਹ ਮਹਾਰਾਜਾ ਭੁਪਿੰਦਰ ਸਿੰਘ ਨੇ ਇੱਧਰ ਬਣਵਾਈ ਸੀਗੀ, ਜੋ ਕਿ ਹੈਗਾ ਮੈਂ ਵਲੌਗ ਤੇ ਪਾਣੀ ਹੈ ਇਨਫੋਰਮੇਸ਼ਨ ਸੀਗੀ। ਇਹ ਗਾਲਾਂ ਬਹੁਤ ਕੱਢਦਾ ਇਹ ਲੁੱਚੇ ਇਨਸਾਨ ਨੂੰ, ਮੈਂ ਕਦੀ ਲੈ ਕੇ ਨਹੀਂ ਆਉਂਦਾ ਤਾਂ ਹੀ, ਕਿਉਂਕਿ ਇਹ ਬਹੁਤ ਗਾਲਾਂ ਕੱਢਦਾ। ਗਾਲਾਂ ਕੱਢੀ ਕੀ ਤੂੰ, ਮੈਂ ਕਿਉਂ ਦੁਬਾਰਾ ਤੋਂ ਬਣਾਵਾਂ ਗੁਰਦੁਆਰੇ ਦੇ ਵਲੌਗ ਦੇ ਵਿੱਚ ਗਾਲਾਂ। ਵਾਹ ਵਾਹ ਬਈ, ਗਾਲਾਂ ਦੇਖੋ ਮੈਂ ਤਾਂ ਕੱਢੀਆਂ ਨਹੀਂ, ਕੱਢੀਆਂ ਇਹ ਨਹੀਂ ਆ ਤੇ ਮੇਰਾ ਕੋਈ ਕੁਛ ਨਹੀਂ। ਗੁਰਦੁਆਰਾ ਚਹਿਲ ਦਾ ਹੈਗਾ 114 ਸਾਲ ਪੁਰਾਣਾ ਹੈ, ਇਸ ਦੀ ਇੱਕ ਫੁੱਲ ਵੀਡੀਓ ਮੈਂ ਬਣਾਈ ਹੈ ਜੋ ਕਿ ਮੇਰੇ ਦੇ ਗ੍ਰੰਥੀ ਸਾਹਿਬ ਨੇ, ਉਹ ਪੂਰੀ ਇਹਦੇ ਬਾਰੇ ਡਿਟੇਲ ਦੱਸੀਆ, ਇਹ ਮੈਂ ਤੁਹਾਨੂੰ ਉੱਪਰ ਐਡ ਕਰ ਦੂੰਗਾ ਵੀਡੀਓ, ਤੁਸੀਂ ਉੱਥੇ ਜਾ ਕੇ ਇਹਦੀ ਹਿਸਟਰੀ ਬਾਰੇ ਜਾਣ ਸਕਦੇ ਹੋ। ਤੋ ਇਸ ਤੋਂ ਬਾਅਦ ਅਸੀਂ ਪਹੁੰਚੇ ਮਹਾਦੇਵ ਦੇ ਮੰਦਰ, ਜੋ ਕਿ ਚਹਿਲ ਗੁਰਦੁਆਰੇ ਤੋਂ ਕਾਫੀ ਜ਼ਿਆਦਾ ਦੂਰ ਸੀ, ਬਟ ਯੂ ਨੋ ਉਹ ਜੱਟ ਕਿੱਥੇ ਟਲਦਾ। ਇਸ ਵੀਡੀਓ ਨੂੰ ਆਪਾਂ ਫਿਲਹਾਲ ਕਰਦੇ ਹਾਂ ਖਤਮ। ਸੋ ਅਗਲੀ ਵੀਡੀਓ ਲਈ ਤੁਸੀਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਥੈਂਕ ਯੂ।